ਤੇ ਲੋ ਜੀ ਫ੍ਰੀ ਕਿੱਕ ਮਿਲੀ ਆ ਲੈ ਵੇ ਗੜਸ਼ੰਕਰ ਦੀ ਟੀਮ ਦੇ ਕੋਲ ਚਾਂਸ ਆ ਮਤਲਬ ਬਰਾਬਰੀ ਕਰਨ ਦਾ ਕਿਉਂਕਿ ਸਮਾਂ ਵੀ ਸਮਾਪਤੀ ਵੱਲ ਨੂੰ ਵੱਧ ਰਿਹਾ ਇਸ ਤੋਂ ਬਾਅਦ ਇੰਜਰੀ ਟਾਈਮ ਹੀ ਰਹਿ ਜਾਣਾ ਆ ਤੇ ਨਜ਼ਾਰਾ ਵੱਜ ਗਿਆ ਮੈਚ ਦੇ ਵਿੱਚ ਲੋ ਵੀ ਗੋਪੀ ਖੜਾ ਮਨੋਲੀਆਂ ਵਾਲਾ ਹੰਗੜੀ ਸਮੁੰਦੜਾ ਲੈ ਵੇ ਵਿਜੇ ਸਿਆਂ ਬਾਰ ਬੂਰ ਸੈੱਟ ਕਰ ਲਾ ਕਿਉਂਕਿ ਤਿੰਨ ਪੁਆਇੰਟਾਂ ਦਾ ਸਵਾਲ ਆ ਇੰਟਰ ਕਾਲਜ ਦਾ ਸਵਾਲ ਆ ਤੇ ਮੇਨ ਮਹਿਕਮਾ ਇਹੀ ਆ ਸਾਰਾ ਸਾਲ ਚੜਾਈ ਰਹਿੰਦੀ ਆ ਟੀਮ ਦੀ ਤੇ ਲੋ ਜੀ ਗੋਪੀ 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 ਮਨੋਲੀਆਂ ਫੁੱਟਬਾਲ ਸੈੱਟ ਕੀਤਾ ਜਾਊਗਾ ਥੋੜ੍ਹਾ ਜਿਹਾ ਲੈ ਬਈ ਗੋਪੀ ਸਿਆਂ ਉਧਰ ਦੀਪੂ ਦਾ ਆਪਣਾ ਕੰਮ ਕਰ ਗਿਆ ਤੇ ਫ੍ਰੀ ਕਿੱਕ ਥੋੜ੍ਹੀ ਹੈਗੀ ਵੀ ਇਹ ਲੱਗੇ ਆ ਟਿਕਾਣੇ ਵੱਜ ਗਈ ਤਾਂ ਖਤਰਾ ਬਣ ਜਾਣਾ ਟਿਕਾਣੇ ਵੱਜ ਗਈਆਂ ਤਾਂ ਗੋਪੀ ਆ ਇਹ ਗੋਪੀ ਆ ਨਮੋਲੀਆਂ ਵਾਲਾ ਗੋਪੀ ਆ ਕਮਾਲ ਕਰਤਾ ਜੀ ਕਮਾਲ ਕਰਤਾ ਕਹਿੰਦੇ ਗੋਪੀ ਨੇ ਕਮਾਲ ਕਰਤਾ ਸਿਰਾ ਗੋਲ ਕੀਤਾ ਗਿਆ ਸਿਰਾ ਗੋਲ ਕੀਤਾ ਗਿਆ ਕਹਿੰਦਾ ਸੋਨੇ ਤੋਂ ਮਿੱਟੀ ਬਣ ਜਾਾਂਗੇ ਪਰ ਹੱਥ ਨਾ ਅੱਡਾਂਗੇ ਤੂੰ ਜੋ ਕੁਝ ਕਰਨਾ ਕਰ ਲਈ ਬੰਝ ਬਰਾਬਰ ਕੱਢਾਂਗੇ ਬਰਾਬਰ ਕੱਢਾਂਗੇ ਬਰਾਬਰ।